ਨਹਿਰੂ ਨੇ, ਮੈਂ ਉਹ ਲਫ਼ਜ਼ ਨਹੀਂ ਇਸਤੇਮਾਲ ਕਰ ਸਕਦਾ ਜਿਹੜਾ ਅੰਗਰੇਜ਼ੀ 'ਚ ਉਹਨੇ ਕਰਕੇ ਕਿਹਾ ਕਿ ਥਰੋ ਦੈਮ ਆਊਟ ਚਾਈਨੀਜ਼। ਔਰ ਇਹ ਜਿਹੜੀ ਇਹ ਜਿਹਨੂੰ ਹੁਣ ਲੁੱਕ ਈਸਟ ਅਤੇ ਲੁੱਕ ਫਲਾਣਾ ਪਾ, ਇਹ ਨਹਿਰੂ ਦੀ ਉਸ ਪੀਰੀਅਡ ਦੀ ਸੀ ਪੋਲਿਸੀ। ਔਰ ਇਹਨਾਂ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਵੀ ਇੰਡੀਆ ਨੇ ਜਿਹੜਾ ਐਗਰੈਸਿਵਲੀ ਇੰਡੀਅਨ ਫੌਜ ਨੇ ਚਾਈਨੀਜ਼ ਪੋਸਟ ਦੇ ਉੱਤੇ ਧਾਵਾ ਬੋਲਿਆ ਅਤੇ ਫਿਰ ਹਾਲ ਕੀ ਹੋਇਆ ਉਹ ਅੱਜ ਤੱਕ ਵੀ ਜਦੋਂ ਇਹਨਾਂ ਨੂੰ ਗੱਲ ਕਰੋ ਤਾਂ ਉਸ ਨੂੰ ਉਹ ਟੱਚ ਹੀ ਨਹੀਂ ਕਰਨਾ ਚਾਹੁੰਦੇ। ਆਪਣੇ ਸਾਰੇ ਆਫੀਸ਼ੀਅਲ ਰਿਕਾਰਡ ਵੀ ਆਰਡਰ ਦਿੱਲੀ ਤੋਂ ਕਰਤੇ ਜੀ, ਬਰਨ ਕਰਦੇ ਹੋਏ ਸਾਰੇ ਸਾੜ ਦਿਓ ਉਹਨਾਂ ਨੂੰ, ਸੀ ਕਿ ਸਾਰਾ ਗਿਆ। ਔਰ ਉਹਨਾਂ ਨੂੰ ਕੋਈ ਇਹਨਾਂ ਦੀ ਫੌਜ ਨੇ ਕਿਤੇ ਰੋਕਿਆ ਨਹੀਂ, ਚਾਈਨਾ ਖੁਦ ਹੀ ਰੁਕਿਆ 62 ਦੀ ਉਸ ਵਾਰ 'ਚ। ਔਰ ਬਾਅਦ ਦੇ ਵਿੱਚ ਉਹਨੇ ਕੁਛ ਏਰੀਏ ਤੋਂ ਖੁਦ ਹੀ ਪਿੱਛੇ ਹਟ ਗਿਆ, ਉਹਨੇ ਇਹ ਜਿਹੜਾ ਇਹਨਾਂ ਦਾ ਲੱਦਾਖ ਰੀਜਨ ਦੇ ਵਿੱਚ ਸੀ ਕੁਛ ਉਹਨਾਂ ਨੇ ਰੱਖਿਆ ਕੋਲ, ਬਾਕੀ ਜਿਹੜਾ ਅਰੁਣਾਚਲ ਤਾਂ ਸਾਰਾ ਲੈ ਲਿਆ ਸੀ ਉਹਨਾਂ ਨੇ ਜਿਹੜਾ ਉਹਨਾਂ ਦਾ ਕਲੇਮ, ਔਰ ਹੁਣ ਵੀ ਕਹਿੰਦੇ ਨੇ ਉਹ ਲੈਣੇ। ਮਤਲਬ ਇਹ ਸੀ ਕਿ ਚਪੇੜ ਮਾਰ ਕੇ ਸਬਕ ਦਿੱਤਾ ਕਿ ਬੰਦੇ ਦੇ ਪੁੱਤ ਬਣੋ, ਮਤ ਇਹ ਕਰੋ, ਆਪਣੀ ਔਕਾਤ ਦੇਖੋ ਕੀ ਹੈ। ਚੀਨ, ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਚਾਈਨਾ ਦੇ ਨਾਲ, ਕਿਉਂਕਿ ਉਦੋਂ ਕੁ ਜੇ ਇੰਨਾ ਕੁ ਵੀ ਜੇ ਚਾਈਨਾ ਨੂੰ ਭਰੋਸੇ 'ਚ ਵੀ ਲਿਆ ਹੁੰਦਾ ਤਾਂ ਘੱਟੋ ਘੱਟ ਇੰਡੀਆ ਇੰਨਾ ਬਲੇਟੈਂਟਲੀ ਜਿਹੜਾ ਅੱਧਾ ਮੁਲਕ ਨਹੀਂ ਸੀ ਅਟੈਕ ਕਰਕੇ ਤੋੜ ਸਕਦਾ। ਕੱਲ੍ਹ ਇੰਡੀਆ ਨੇ ਤਰਲੇ ਤੁਰਲੇ ਕੀਤੇ ਹੈ ਰਸ਼ੀਅਨ ਪ੍ਰੈਜ਼ੀਡੈਂਟ ਦੇ ਕਿ ਇੱਕ ਵਾਰੀ ਸਾਨੂੰ ਬਿਠਾ ਦਿਓ ਨਾਲ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੇ। ਸਪੋਕਸਮੈਨ ਪੁਤਿਨ ਦਾ ਜਿਹੜਾ ਏਡ ਹੈ ਮੇਨ ਮਿਸਟਰ ਯੂਰੀ ਯੂਸ਼ਾਕੋਫ, ਉਹਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਬਹੁਤ ਜਲਦੀ ਜਿਹੜਾ ਇੱਕ ਸਮਿਟ ਜਿਹਦੇ 'ਚ ਪੁਤਿਨ ਹੋਏਗਾ, ਜ਼ਾਹਰ ਹੈ ਪੁਤਿਨ ਇੱਕ ਵਿਚੋਲੇ ਦੀ ਵਾਂਗ ਹੋਏਗਾ, ਔਰ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਰਸ਼ੀਅਨ ਪ੍ਰੈਜ਼ੀਡੈਂਟ ਔਰ ਮੋਦੀ ਹੋਏਗਾ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਵਿਸ਼ੇ ਦੇ ਨਾਲ, ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰੂਸ ਦੇ ਪ੍ਰੈਜ਼ੀਡੈਂਟ ਪੁਤਿਨ ਨਾਲ ਸੰਬੰਧਿਤ ਇੱਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਬਹੁਤ ਜਲਦੀ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੀ ਪੁਤਿਨ ਦੀ ਹਾਜ਼ਰੀ ਵਿੱਚ ਮੀਟਿੰਗ ਹੋਵੇਗੀ। ਸੋ ਸਵਾਲ ਇਹ ਉੱਠਦਾ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਤੋਂ ਇਨਕਾਰੀ ਮੋਦੀ ਦੀਆਂ ਚੀਨ ਦੇ ਪ੍ਰੈਜ਼ੀਡੈਂਟ ਨਾਲ ਜੱਫੀ ਪਾਉਣ ਲਈ ਬਾਹਾਂ ਕਿਉਂ ਆਕੜ ਰਹੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ 56 ਜਾਂ ਇੰਚ ਦੀ ਛਾਤੀ ਮੋਦੀ ਦੀ, ਬਿਲਕੁਲ ਜਿਵੇਂ ਇੱਕ ਸਿੱਖ ਬੀਬੀ ਕਿਸਾਨ ਉਹ ਆਪਣੇ ਇੰਟਰਵਿਊ 'ਚ ਕਹਿ ਰਹੇ ਸੀ ਕਿ ਇਹਦੀ ਤਾਂ ਹੁਣ 56 ਦੀ ਹੋਣੀ, ਸਾਡੇ ਜੰਮਦਾ ਹੀ ਬੱਚੇ ਦੀ 56 ਇੰਚ ਹੁੰਦੀ ਹੈ। ਲੇਕਿਨ ਇਸ ਗੱਲ ਨੇ ਸਾਬਤ ਕਰਤਾ 2014 ਤੋਂ ਹੁਣ ਤੱਕ ਕਿ 56 ਦਾ ਜਾਂ 5 ਉਡਾ ਦਿਓ ਜਾਂ 6 ਉਡਾ ਦਿਓ, 5 ਇੰਚ 6 ਇੰਚ ਤੋਂ ਉੱਪਰ ਨਹੀਂ ਹੈਗੀ, ਕਿਉਂਕਿ ਅਲਟੀਮੇਟਲੀ ਜਦੋਂ ਅਸੀਂ ਜਿਸ ਜ਼ਮਾਨੇ 'ਚ, ਪਤਾ ਨਹੀਂ ਕਿਹਦਾ ਲਿਖਿਆ ਹੋਇਆ ਗੀਤ ਹੈ, ਪਰ ਉਹਨੇ ਆਸਾ ਸਿੰਘ ਮਸਤਾਨਾ ਨੇ ਜਦੋਂ ਗਾਇਆ ਸੀ ਕਿ ਵੀ ਦੇਸ਼ ਪੰਜਾਬ ਦੀ ਗੱਲ ਕਰਦੇ ਹਾਂ ਕਿ ਵੀ ਗਲ ਕੈਂਠੇ ਹਿੱਕਾਂ ਚੌੜੀਆਂ ਸਾਡੇ ਡੋਲੇ ਨਿਰੇ ਤੂਫਾਨ, ਕਿ ਵੀ ਅਸੀਂ ਉਹ ਪੰਜਾਬੀ ਹਾਂ ਕਿ ਵੀ ਸਾਡੇ ਗਲ ਤਾਂ ਕੈਂਠੇ ਨੇ, ਉਹ ਤਾਂ ਹੁਣ ਪ੍ਰੋਸਪੈਰਿਟੀ ਦੀ ਨਿਸ਼ਾਨੀ ਹੈ, ਅਤੇ ਹਿੱਕਾਂ ਚੌੜੀਆਂ ਅਤੇ ਸਾਡੇ ਡੋਲੇ ਨਿਰੇ ਤੂਫਾਨ। ਹੁਣ ਜਿਹਦੀ ਹਿੱਕ ਚੌੜੀ ਹੁੰਦੀ ਹੈ, ਡੋਲੇ ਤੂਫਾਨ ਹੁੰਦੇ ਨੇ, ਅਤੇ ਉਸ ਦੇਸ਼ ਦੀ, ਪੰਜਾਬ ਦੇਸ਼ ਦੀ ਜਦੋਂ ਗੱਲ ਕਰਦੇ ਹਾਂ ਵੀ ਅਣਖ ਜਾਂ ਗੈਰਤ ਉਹਦੇ ਨਾਲ ਜੁੜੀ ਹੋਈ ਹੈ। ਔਰ ਇਸੇ ਨੂੰ ਹੀ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਵੀ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ ਪਰ ਟੈਂ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾਂ ਮੋਢੇ 'ਤੇ ਉਲਾਰ ਕੇ। ਹੁਣ ਇਹ ਕਰੈਕਟਰ ਸਾਡੀ ਧਰਤੀ ਦਾ, ਇਸ ਲਈ ਜਦੋਂ ਅਸੀਂ ਇਹਨਾਂ ਦਾ ਗਿੱਦੀਪਣਾ ਦੇਖਦੇ ਹਾਂ, ਇਹਨਾਂ ਗਿੱਦੜਾਂ ਵੱਲ ਦੇਖਦੇ ਹਾਂ, ਦਿੱਲੀ ਦੇ ਉਸ ਜਿਹੜੇ ਤਖ਼ਤ ਦੇ ਉੱਤੇ ਬਾਈ ਐਕਸੀਡੈਂਟ ਬਾਈ ਚਾਂਸ ਉਹ ਬ੍ਰਿਟਿਸ਼ ਕਲੋਨੀਅਲ ਜਾਣ ਲੱਗੇ, ਹਿੰਦੂ ਬ੍ਰਾਹਮਣ ਬਾਣੀਆਂ ਦੇ ਹੱਥ ਪਾਵਰ ਦੇ ਗਿਆ, ਜੇ ਤੁਸੀਂ ਇਹਨਾਂ ਦਾ ਵਰਤਾਰਾ ਦੇਖੋ ਹਰ ਡਿਸਾਈਸਿਵ ਮੂਮੈਂਟ ਦੇ ਉੱਤੇ, ਇਹਨਾਂ ਦਾ ਉਹੀ ਜਿਸ ਨੂੰ ਗਿੱਦੀਪੁਣਾ ਲਫ਼ਜ਼ ਵੀ ਸ਼ਾਇਦ ਇਹਨਾਂ ਦੇ ਨਾਲ ਇਨਸਾਫ ਨਹੀਂ ਕਰ, ਉਸ ਤੋਂ ਵੀ ਘਟੀਆ ਜੇ ਕੋਈ ਲਫ਼ਜ਼ ਹੋਏ, ਉਹ ਤੁਸੀਂ ਨਹਿਰੂ ਦਾ ਵਰਤਾਰਾ ਦੇਖੋ ਵੀ ਇੱਕ ਪਾਸੇ ਜਦੋਂ ਉਨਾ ਕੁ ਗੋਆ ਦੇ ਉੱਤੇ ਜਿਨ੍ਹਾਂ ਦੇ ਕੋਲ ਉੱਥੇ ਪੁਰਤਗੀਜ਼ 1000 ਫੌਜੀ ਵੀ ਨਹੀਂ ਸੀ, ਅਤੇ ਇਹਨਾਂ ਨੇ 1960 ਜਦੋਂ ਗੋਆ ਲੈ ਲਿਆ, ਉਸ ਤੋਂ ਪਹਿਲਾਂ ਹੈਦਰਾਬਾਦ 'ਚ ਇਸ ਕਿਸਮ ਦੀ ਦਿਲਵਧੀ ਕੀਤੀ ਪਟੇਲ ਦੇ ਰਾਹੀਂ, ਪਟੇਲ ਜ਼ਿਆਦਾ ਅੱਗੇ ਅੱਗੇ ਸੀ, ਉਹਨੂੰ ਸਮਝਾ, ਉਹਨਾਂ ਨੇ ਕਿਹਾ ਜੀ ਆਹ ਦੇਖੋ 1 ਲੱਖ
ਸਕੁਅਰ ਮਾਈਲ ਤੋਂ ਜ਼ਿਆਦਾ ਦੀ ਟੈਰੀਟਰੀ ਲੈ ਲਈ, ਉਹਨਾਂ ਕੋਲ ਕਿੰਨੀ ਨਿਜ਼ਾਮ ਹੈਦਰਾਬਾਦ, ਉਹਨਾਂ ਨੂੰ ਲੱਗਾ ਜੀ ਅਸੀਂ ਵੱਡੀ ਫੌਜੀ ਤਾਕਤ ਬਣ ਗਏ। ਫਿਰ ਉਹਨਾਂ ਨੇ ਗੋਆ ਜਦੋਂ 1960-61 ਦੇ ਪੀਰੀਅਡ 'ਚ ਲਿਆ ਤਾਂ ਨਹਿਰੂ ਦਾ ਦਿਮਾਗ ਪੂਰਾ ਖਰਾਬ ਹੋ ਗਿਆ ਕਿ ਜੀ ਅਸੀਂ ਤਾਂ, ਕਿਉਂਕਿ ਜਿਹੜੇ ਐਕਸਪੈਂਸ਼ਨਿਸਟ ਡਿਜ਼ਾਈਨ ਨੇ ਤਾਂ ਉਦੋਂ ਤੋਂ ਹੀ ਚੱਲ ਰਹੇ ਸੀ, ਔਰ ਨਾਲ ਦੀ ਨਾਲ ਇਹਦੇ ਬਾਵਜੂਦ ਚਾਈਨਾ ਦੇ ਪ੍ਰੀਮੀਅਰ ਚੌਨ ਲਾਈ ਜਿਹੜਾ ਪਸੰਦ ਕਰਦਾ ਸੀ ਇਹਨੂੰ, ਨਹਿਰੂ ਨੂੰ ਵੀ, ਹਰ ਦੋ ਹਫ਼ਤੇ ਬਾਅਦ ਉਹ ਕਲਕੱਤੇ ਆ ਜਾਂਦਾ ਸੀ ਆਪਣਾ ਜਿਹੜਾ ਉਹ ਮੋਮੋ ਚੋਚੋ ਖਾਣ ਜਾਂ ਆਪਣੀ ਚਾਈਨੀਜ਼ ਫੂਡ ਜਾਂ ਦੂਜੇ। ਉਹਨੇ ਕਈ ਵਾਰੀ ਕਿਹਾ ਕਿ ਵੀ ਇਹ ਸੌਰਟ ਆਊਟ ਕਰੋ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ, ਜੋ ਵੀ ਇਹ ਬ੍ਰਿਟਿਸ਼ ਲਾਈਨ ਅਸੀਂ ਇਹ ਮੈਕਮੋਨ ਲਾਈਨ ਔਰ ਦੂਜੇ ਨੂੰ ਨਹੀਂ ਮੰਨਦੇ ਹਾਂ, ਨਿਬੇੜੋ। ਹੁਣ ਉਹ ਤਾਜ਼ਾ ਤਾਜ਼ਾ ਉਸ ਤੋਂ ਪਹਿਲਾਂ ਜਿਵੇਂ ਹੈਦਰਾਬਾਦ ਦਾ ਹੋਇਆ ਸੀ ਔਰ ਗੋਆ ਦਾ 1960-61 'ਚ ਹੋਇਆ, ਨਹਿਰੂ ਨੇ, ਮੈਂ ਉਹ ਲਫ਼ਜ਼ ਨਹੀਂ ਇਸਤੇਮਾਲ ਕਰ ਸਕਦਾ ਜਿਹੜਾ ਅੰਗਰੇਜ਼ੀ 'ਚ ਉਹਨੇ ਕਰਕੇ ਕਿਹਾ ਕਿ ਥਰੋ ਦੈਮ ਆਊਟ ਚਾਈਨੀਜ਼ ਨੂੰ, ਔਰ ਇਹ ਜਿਹੜੀ ਇਹ ਜਿਹਨੂੰ ਹੁਣ ਲੁੱਕ ਈਸਟ ਅਤੇ ਲੁੱਕ ਫਲਾਣਾ ਪਾ, ਇਹ ਨਹਿਰੂ ਦੀ ਉਸ ਪੀਰੀਅਡ ਦੀ ਸੀ ਪੋਲਿਸੀ, ਔਰ ਇਹਨਾਂ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਵੀ ਇੰਡੀਆ ਨੇ ਜਿਹੜਾ ਐਗਰੈਸਿਵਲੀ ਇੰਡੀਅਨ ਫੌਜ ਨੇ ਚਾਈਨੀਜ਼ ਪੋਸਟ ਦੇ ਉੱਤੇ ਧਾਵਾ ਬੋਲਿਆ, ਅਤੇ ਫਿਰ ਹਾਲ ਕੀ ਹੋਇਆ ਉਹ ਅੱਜ ਤੱਕ ਵੀ ਜਦੋਂ ਇਹਨਾਂ ਨੂੰ ਗੱਲ ਕਰੋ ਤਾਂ ਉਸ ਨੂੰ ਉਹ ਟੱਚ ਹੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਇਹਨਾਂ ਨੇ 40,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਗਵਾਈ, ਹਿਊਮੀਲੇਸ਼ਨ ਨੌਰਥ ਈਸਟ ਦੇ, ਉਹ ਜਿਹੜੇ ਇਹਨਾਂ ਦਾ ਜਿੱਥੇ ਉਹਨਾਂ ਦਾ ਕੀ ਹੈਗਾ ਜਿਹਨੂੰ ਇਹਨਾਂ ਨੇ ਹੁਣ ਅਰੁਣਾਚਲ ਪ੍ਰਦੇਸ਼ ਬਣਾਇਆ ਹੋਇਆ, ਸਾਊਥ ਤਿੱਬਤ ਦੀ ਇੱਕ ਸ਼ਹਿਰ ਤਾਜਪੁਰ, ਔਰ ਆਪਣੇ ਸਾਰੇ ਔਫੀਸ਼ੀਅਲ ਰਿਕਾਰਡ ਵੀ ਆਰਡਰ ਦਿੱਲੀ ਤੋਂ ਕਰਤੇ ਜੀ ਬਰਨ ਕਰ ਦਿਓ, ਇਹ ਸਾਰੇ ਸਾੜ ਦਿਓ, ਉਹਨਾਂ ਨੂੰ ਸੀ ਕਿ ਸਾਰਾ ਗਿਆ, ਔਰ ਉਹਨਾਂ ਨੂੰ ਕੋਈ ਇਹਨਾਂ ਦੀ ਫੌਜ ਨੇ ਕਿਤੇ ਰੋਕਿਆ ਨਹੀਂ, ਚਾਈਨਾ ਖੁਦ ਹੀ ਰੁਕਿਆ 62 ਦੀ ਉਸ ਵਾਰ 'ਚ, ਔਰ ਬਾਅਦ ਦੇ ਵਿੱਚ ਉਹਨੇ ਕੁਛ ਏਰੀਏ ਤੋਂ ਖੁਦ ਹੀ ਪਿੱਛੇ ਹਟ ਗਿਆ, ਉਹਨੇ ਇਹ ਜਿਹੜਾ ਇਹਨਾਂ ਦਾ ਲੱਦਾਖ ਰੀਜਨ ਦੇ ਵਿੱਚ ਸੀ ਕੁਛ ਉਹਨਾਂ ਨੇ ਰੱਖਿਆ ਕੋਲ, ਬਾਕੀ ਜਿਹੜਾ ਅਰੁਣਾਚਲ ਤਾਂ ਸਾਰਾ ਲੈ ਲਿਆ ਸੀ ਉਹਨਾਂ ਨੇ ਜਿਹੜਾ ਉਹਨਾਂ ਦਾ ਕਲੇਮ, ਔਰ ਹੁਣ ਵੀ ਕਹਿੰਦੇ ਨੇ ਉਹ ਲੈਣਾ। ਮਤਲਬ ਇਹ ਸੀ ਕਿ ਚਪੇੜ ਮਾਰ ਕੇ ਸਬਕ ਦਿੱਤਾ ਕਿ ਬੰਦੇ ਦੇ ਪੁੱਤ ਬਣੋ, ਮਤ ਇਹ ਕਰੋ, ਆਪਣੀ ਔਕਾਤ ਦੇਖੋ ਕੀ ਹੈ, ਔਰ ਉਸ ਸ਼ੌਕ ਦੇ ਨਾਲ ਉਹ ਨਹਿਰੂ ਜਿਹੜਾ ਸਮਝਦਾ ਸੀ ਜੀ ਮੈਂ ਤਾਂ ਇੰਟਰਨੈਸ਼ਨਲ ਲੈਵਲ ਦਾ ਚਰਚਲ ਔਰ ਰੂਜ਼ਾਵੈਲਟ ਔਰ ਉਸ ਲੈਵਲ ਦਾ ਲੀਡਰ ਹੈ ਜਿਹੜੇ 40s ਦੇ ਵਿੱਚ ਜਾਇੰਟ ਸੀ, ਉਹ ਫਿਰ ਆਲਮੋਸਟ 1.5 ਸਾਲ ਦੇ ਵਿੱਚ ਵਿੱਚ ਮਰ ਗਿਆ 27 ਮਈ 1964 ਨੂੰ, ਔਰ ਉਸ ਤੋਂ ਬਾਅਦ ਦਾ ਪੀਰੀਅਡ ਜੇ ਅਸੀਂ ਦੇਖੀਏ ਵੀ ਇੰਦਰਾ ਗਾਂਧੀ ਨੇ ਇਹੀ ਦਿਲ ਵਧੀ ਕੀਤੀ, ਅੱਜ ਜਦੋਂ ਅਸੀਂ ਸਕੂਤੇ ਟਾਕਾ ਦੀ ਗੱਲ ਕਰ ਰਹੇ ਹਾਂ 50 ਸਾਲ ਪਹਿਲਾਂ, ਉਦੋਂ ਮਾੜਾ ਹਾਲ ਪਾਕਿਸਤਾਨ ਦਾ, ਉੱਥੇ ਯਹੀਆ ਖਾਂ ਬੈਠਾ, ਔਲਰੇਡੀ ਇਨਡਿਸਾਈਸਿਵ, ਭੁੱਟੋ ਦਾ ਕੀ ਰੋਲ ਰਿਹਾ ਉਹ ਵੀ ਸ਼ੱਕ ਦੇ ਘੇਰੇ 'ਚ ਰਹਿੰਦਾ ਜਾਂ ਰਿਹਾ, ਓਵਰਆਲ ਜ਼ਹਿਨੀਅਤ ਜਿਹੜੀ ਸੀ ਕਿ ਭਾਈ ਤੁਹਾਡੀ ਐਕਸੈਪਟੈਂਸ ਹੈ ਨਹੀਂ ਹੈ, ਔਰ ਅਬਵ ਆਲ ਉਸ ਤੋਂ ਪਹਿਲਾਂ ਸੋਵੀਅਤ ਯੂਨੀਅਨ ਦੇ ਨਾਲ ਇੰਦਰਾ ਗਾਂਧੀ ਨੇ ਜਿਹੜੀ ਹੈ ਉਹ ਫਰੈਂਡਸ਼ਿਪ ਟ੍ਰੀਟੀ ਕਰ ਲਈ ਸੀ, ਉਸ ਕਿਸਮ ਦੀ ਟ੍ਰੀਟੀ ਜਿਹੋ ਜਿਹੀ ਅਫਗਾਨਿਸਤਾਨ ਜਾਂ ਹੰਗਰੀ ਜਾਂ ਉਸ ਨਾਲ ਪੋਲੈਂਡ ਨਾਲ ਕੀਤੀ ਹੋਈ ਸੀ, ਜਿੱਥੇ ਸੋਵੀਅਤ ਯੂਨੀਅਨ ਆ ਸਕਦਾ ਸੀ। ਅਮਰੀਕਾ ਦੇ ਉੱਤੇ ਪਾਕਿਸਤਾਨ ਹੈਵੀਲੀ ਰਿਲਾਈ ਕਰਦਾ ਸੀ ਕਿ ਜੀ ਉਹਨਾਂ ਦਾ 7th ਫਲੀਟ ਆਏਗਾ ਔਰ ਉਹ ਕਰੇਗਾ ਚੀਨ। ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਚਾਈਨਾ ਦੇ ਨਾਲ, ਕਿਉਂਕਿ ਉਦੋਂ ਕੁ ਜੇ ਇੰਨਾ ਕੁ ਵੀ ਜੇ ਚਾਈਨਾ ਨੂੰ ਭਰੋਸੇ 'ਚ ਵੀ ਲਿਆ ਹੁੰਦਾ ਤਾਂ ਘੱਟੋ ਘੱਟ ਇੰਡੀਆ ਇੰਨਾ ਬਲੇਟੈਂਟਲੀ ਜਿਹੜਾ ਅੱਧਾ ਮੁਲਕ ਨਹੀਂ ਸੀ ਅਟੈਕ ਕਰਕੇ ਤੋੜ ਸਕਦਾ, ਪਰ ਉਦੋਂ ਜ਼ਿਆਦਾ ਜਿਹੜੀ ਨੇੜਤਾ ਪਾਕਿਸਤਾਨ ਦੀ ਉਹ ਅਮਰੀਕਾ ਦੇ ਨਾਲ ਸੀ, ਚਾਈਨਾ ਦੇ ਨਾਲ ਬਾਅਦ ਜਿਸ ਕਿਸਮ ਦੀ ਰਿਲੇਸ਼ਨਸ਼ਿਪ ਹੁਣ ਡਿਵੈਲਪ ਹੋਈ ਹੈ ਚਾਈਨਾ ਦੀ, ਇਹ ਲੇਟਰ ਪਾਰਟ ਦੀ ਹੈ, ਉਦੋਂ ਕੁ ਜਿਹੜਾ ਉਹ ਇੱਧਰ ਸੀ। ਜੇ ਪਹਿਲਾਂ ਇਵੇਂ ਨਾ ਹੁੰਦਾ ਤਾਂ 62 'ਚ ਜਦੋਂ ਚਾਈਨਾ ਕੁੱਟ ਰਿਹਾ ਸੀ ਇੰਡੀਆ ਨੂੰ, ਉਹਨਾਂ ਨੇ ਪਾਕਿਸਤਾਨ ਨੂੰ ਵੀ ਕਿਹਾ ਸੀ ਵੀ ਲੈ ਲਓ ਕਸ਼ਮੀਰ, ਪਰ ਅਯੂਬ ਖਾਂ ਜਿਹੜਾ ਉਹ ਅਮੈਰੀਕਾ ਦੀ ਸਪੈਲ ਥੱਲੇ ਸੀ, ਉਹ ਸੀਟੋ ਅਤੇ ਪਤਾ ਨਹੀਂ ਕਿੱਥੇ ਕਿੱਥੇ ਬੜੇ ਹੋਏ ਸੀ ਜਾ ਕੇ। ਸੋ ਜਦੋਂ ਅਸੀਂ ਮਿਸਡ ਓਪਰਚੁਨਿਟੀਜ਼ ਦੀ ਗੱਲ ਕਰਦੇ ਹਾਂ, ਉਹ ਕੋਈ ਸਾਡੇ ਵਾਂਗ ਅਸੀਂ ਤਾਂ ਜ਼ਿਆਦਾ ਕੀਤੀਆਂ ਨੇ ਮਿਸ, ਪਾਕਿਸਤਾਨ ਨੇ ਵੀ ਕੀਤੀਆਂ, ਪਰ ਉਹ ਜਿਹਾ ਹੀ ਜਦੋਂ ਮੋਦੀ ਆਇਆ ਇਹਨਾਂ ਨੂੰ ਭੁੱਲ ਗਿਆ ਕਿ ਵੀ ਚੀਨ ਦੇ ਨਾਲ ਇਹਨਾਂ ਦਾ ਕੀ, ਇਹਨਾਂ ਦੀ ਕਿਆ ਪਿੱਦੀ ਕੇ ਸ਼ੋਰਬੇ ਵਾਲਾ ਹਾਲ ਹੈ, ਔਰ ਮੋਦੀ ਨੇ ਇੱਕ ਪਾਸੇ ਉਹ ਸਮਝਦਾ ਸੀ ਵੀ ਚੀਨ ਨੇ ਵੀ ਇਵੇਂ ਨੇ ਜੋ ਝੂਲਾ ਨਾਲ ਚਲਾ ਲਿਆ ਸੀ ਅਤੇ ਉਹ ਜਿਹੜੇ ਨੇ ਹੋ ਗਏ, ਔਰ ਇਹਨਾਂ ਨੇ ਜਿਵੇਂ ਚਲਾਕੀ ਕਰਕੇ ਅਮਰੀਕਾ ਦੀ ਕੱਛ 'ਚ ਵੜੇ ਔਰ ਚੀਨ ਨੂੰ ਅੱਖਾਂ ਦਿਖਾਉਣ ਦੇ ਲਈ ਪੂਰਾ ਅਮਰੀਕਾ ਦੇ ਸਹਿਯੋਗੀ ਬਣੇ, ਫਿਰ ਅਸੀਂ ਦੇਖਦੇ ਹਾਂ ਵੀ ਗਲਵਾਨ ਵੈਲੀ ਦੇ ਵਿੱਚ ਜੂਨ 2020 'ਚ ਚੀਨ ਨੇ ਆਪਣੇ ਥੋੜ੍ਹੇ ਜਿਹੇ ਹੱਥ, ਉਸ ਤੋਂ ਪਹਿਲਾਂ ਇੰਡੀਆ ਡੋਕਲਾਮ ਦੇ ਵਿੱਚ ਜਿਹੜਾ ਜਿਹਦੇ ਨਾਲ ਹਾਲਾਂਕਿ ਇਹਨਾਂ ਦਾ ਬਾਰਡਰ ਹੀ ਨਹੀਂ ਲੱਗਦਾ ਇੰਡੀਆ ਦਾ ਚਾਈਨਾ ਨਾਲ, ਭੂਟਾਨ 'ਚ ਜਾ ਕੇ ਇਹਨਾਂ ਨੇ ਉਹ ਵੀ ਉਹਨਾਂ ਨੇ ਇਹਨਾਂ ਨੂੰ ਕੀਤਾ, ਪਰ ਇਹ ਸਮਝੇ ਨਹੀਂ।
ਫਿਰ ਉਹਨਾਂ ਨੇ ਗਲਵਾਨ ਵੈਲੀ ਔਰ ਉਸ ਤੋਂ ਬਾਅਦ ਜੋ ਕੁਛ ਅਸੀਂ ਪੈਂਗੋਂਗ ਸੋ ਔਰ ਅੱਜ ਦੇ ਕੰਟੈਕਸਟ 'ਚ ਦੇਖਦੇ ਹਾਂ ਕਿ ਸੁਬਰਾਮਨੀਅਮ ਸਵਾਮੀ ਇਹਨਾਂ ਦਾ ਐਮ ਪੀ ਜੇ ਖਲੋ ਕੇ ਰਾਜ ਸਭਾ 'ਚ ਕਹਿੰਦਾ ਜੀ ਕਿ ਦੱਸੋ ਕਿੰਨੀ ਜਗ੍ਹਾ ਲਈ ਹੈ ਚੀਨ, ਨਾ 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 ਇਹ ਨੈਸ਼ਨਲ ਸਿਕਿਉਰਿਟੀ ਇਸ਼ੂ, ਵੀ ਕਾਂਟ ਆਨਸਰ ਇਟ। ਹੁਣ ਇਸ ਸਭ ਦੇ ਚੱਲਦਿਆਂ ਇੱਕ ਪਾਸੇ ਤਾਂ ਪਾਕਿਸਤਾਨ ਪ੍ਰਤੀ ਕਿਸ ਕਿਸਮ ਦੀ ਇਹ ਸਮਝਦਿਆਂ ਹੋਇਆ ਕਿ ਜੀ ਇਹ ਕਮਜ਼ੋਰ ਨੇ, ਹਾਲਾਂ ਕਮਜ਼ੋਰ ਨਹੀਂ ਹੈ ਪਾਕਿਸਤਾਨ, ਪਾਕਿਸਤਾਨ ਨਿਊਕਲੀਅਰ ਵੀ ਹੈ ਔਰ ਉਹਨਾਂ ਦਾ ਜਿਵੇਂ ਉਹ ਪ੍ਰਵੀਨ ਸਾਹਨੀ ਇੱਕ ਐਕਸਪਰਟ ਹੈ, ਫੌਜੀ ਅਫਸਰ ਹੈ, ਉਹ ਜਦੋਂ ਕਹੇਗਾ ਇਸ ਵੇਲੇ ਪਾਕਿਸਤਾਨ ਇਕੱਲਾ ਵੀ ਉਹ ਕਹਿੰਦਾ ਵੀ ਇਹ ਜਿਹੜਾ ਇਹ ਵੀ ਇਹਨਾਂ ਨੇ ਭੁਲੇਖਾ ਪਾਇਆ ਹੋਇਆ ਕਿ ਜੀ ਅਸੀਂ ਟ੍ਰੈਡੀਸ਼ਨਲ ਵੈਪਨਸ ਦੇ ਨਾਲ ਜਾਂ ਗਰਾਊਂਡ ਦੇ ਉੱਤੇ ਜਿਹੜਾ ਅਸੀਂ ਪਾਕਿਸਤਾਨ ਨੂੰ ਬੀਟ ਕਰ ਸਕਦੇ ਹਾਂ, ਕਹਿੰਦੇ ਉਹ ਗਏ ਜ਼ਮਾਨੇ ਕਿ ਵੀ ਪਾਕਿਸਤਾਨ ਮੱਚ ਮੋਰ ਐਡਵਾਂਸਡ ਫੋਰਮ 'ਚ ਔਰ ਮੋਰ ਔਰਗਨਾਈਜ਼ਡ ਫੋਰਮ 'ਚ ਹੈ ਇੰਡੀਆ ਦੇ ਨਾਲ। ਉਹ ਨਜ਼ਰ ਵੀ ਆ ਗਿਆ ਰਾਵਤ ਦਾ ਜੋ ਹਾਲ ਹੋਇਆ ਕਿਵੇਂ ਫਲੋਪ ਹੈ, ਉਹਨਾਂ ਦਾ ਟੋਪ ਤਿੰਨੋਂ ਫੋਰਸਿਸ ਦਾ ਜਨਰਲ ਬਣਾਇਆ ਹੋਇਆ ਕਿ ਜੀ ਇਹ ਸੀ ਡੀ ਐੱਨ ਅਸੀਂ ਬਣਾਇਆ ਹੋਇਆ ਇਸ ਨੂੰ। ਹੁਣ ਇਸ ਸਭ ਦੇ ਚੱਲਦਿਆਂ ਹੁਣ ਇੱਕ ਪਾਸੇ ਤਾਂ ਪਾਕਿਸਤਾਨ ਦੇ ਨਾਲ ਜਦੋਂ ਕਦੇ ਵੀ ਕੋਈ ਹੁੰਦਾ ਕਿ ਜੀ ਪਹਿਲਾਂ ਦਹਿਸ਼ਤਗਰਦੀ ਖਤਮ ਕਰੋ ਫਿਰ ਗੱਲਬਾਤ ਹੋਏਗੀ ਕਸ਼ਮੀਰ ਦਾ ਵੀ ਜੋ ਇਹਨਾਂ ਨੇ ਹਾਲ ਕੀਤਾ, ਪਰ ਹੁਣ ਸਵਾਲ ਇਹ ਹੈ ਵੀ ਜਿਸ ਚੀਨ ਨੇ ਜੁੱਤੀਆਂ ਵੀ ਮਾਰੀਆਂ ਲਗਾਤਾਰ, ਚੀਨ ਉੱਥੇ ਬੈਠਾ ਹੈ, ਇਹਨਾਂ ਦੇ 13-14 ਦੌਰ ਗੱਲਬਾਤ ਦੇ ਚੱਲੇ, ਕੋਈ ਵਿਦਡਰੋਲ ਲਾਈਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਹੁਣ ਜਿਵੇਂ ਤੁਸੀਂ ਕਿਹਾ ਵੀ ਐਸੀਆਂ ਕਿਹੜੀਆਂ ਬਾਹਾਂ ਆਕੜੀਆਂ ਹੋਈਆਂ ਕਿ ਵੀ ਉਹ ਚੀਨ ਦੇ ਪ੍ਰੀਮੀਅਰ ਨੂੰ ਜਿਹੜਾ ਉਹ ਜੱਫੀ ਪਾਉਣ ਦੇ ਲਈ ਜਿਹੜਾ ਉਹ ਤਰਲੇ ਕਰ ਰਿਹਾ ਰਸ਼ੀਆ ਦੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੁਤਿਨ ਜਦੋਂ ਪਿਛਲੇ ਦਿਨਾਂ 'ਚ ਭਾਰਤ ਦੇ ਦੌਰੇ 'ਤੇ ਆਇਆ, ਹਾਲਾਂ ਨਿਕਲਿਆ ਨਿਕਲਾਇਆ ਤਾਂ ਕੁਛ ਨਹੀਂ ਹੈ, S-400 ਦੀ ਡੀਲ ਵੀ ਕੋਈ ਬਹੁਤੀ ਸਾਹਮਣੇ ਨਹੀਂ ਆਈ, ਕੋਈ ਹੋਰ ਲੋਜਿਸਟਿਕ ਜਿਹੜੀ ਸਪਲਾਈ ਜਾਂ ਐਕਸਚੇਂਜ ਉਹ ਵੀ ਕੋਈ ਨਹੀਂ ਹੋਇਆ ਉਹਦੇ 'ਚ। ਫਿਰ ਰਸ਼ੀਅਨ ਨੇ ਜਿਹੜਾ ਉਹਨਾਂ ਦੇ ਇਨਵੋਏ ਨੇ ਐਕਸਪਲੇਨੇਸ਼ਨ ਦਿੱਤੀ ਕਿ ਜੀ ਉਹ ਬਹੁਤ ਜਲਦੀ ਟੂਰ ਰੱਖਤਾ ਸੀ, ਫਲਾਣਾ ਹੋਇਆ ਟਿਮਕਾ ਹੋਇਆ। ਪਰ ਇਸ ਸਾਰੀ ਗੱਲਬਾਤ 'ਚੋਂ ਇੱਕ ਗੱਲ ਇੰਡੀਆ ਨੇ ਤਰਲੇ ਤੁਰਲੇ ਕੀਤੇ ਹੈ ਰਸ਼ੀਅਨ ਪ੍ਰੈਜ਼ੀਡੈਂਟ ਦੇ ਕਿ ਇੱਕ ਵਾਰੀ ਸਾਨੂੰ ਬਿਠਾ ਦਿਓ ਨਾਲ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੇ। ਔਰ ਅੱਜ ਇਹ ਗੱਲ ਮੈਂ ਨਹੀਂ ਕਹਿ ਰਿਹਾ, ਖਬਰ ਬੇਸ਼ੱਕ ਬੜੀ ਛੋਟੀ ਹੈ ਪਰ ਇਹਦੀ ਬੈਕਗਰਾਊਂਡ ਇਸ ਲਈ ਵੀ ਲੰਬੀ ਹੋਈ ਕਿਉਂਕਿ ਇਹੀ ਗੱਲ ਲੀਡ ਕਰਦੀ ਹੈ ਨਰਿੰਦਰ ਮੋਦੀ ਕੁਡ ਮੀਟ ਸ਼ੀ ਜਿਨਪਿੰਗ ਇਨ ਨੀਅਰ ਫਿਊਚਰ ਕ੍ਰੈਮਲਿਨ। ਹੁਣ ਉਹਨਾਂ ਦੀ ਸਪੋਕਸਮੈਨ ਪੁਤਿਨ ਦਾ ਜਿਹੜਾ ਏਡ ਹੈ ਮੇਨ ਮਿਸਟਰ ਯੂਰੀ ਯੂਸ਼ਾਕੋਫ, ਉਹਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਬਹੁਤ ਜਲਦੀ ਜਿਹੜਾ ਇੱਕ ਸਮਿਟ ਜਿਹਦੇ 'ਚ ਪੁਤਿਨ ਹੋਏਗਾ, ਜ਼ਾਹਰ ਹੈ ਪੁਤਿਨ ਇੱਕ ਵਿਚੋਲੇ ਦੀ ਵਾਂਗ ਹੋਏਗਾ ਔਰ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਰਸ਼ੀਅਨ ਪ੍ਰੈਜ਼ੀਡੈਂਟ ਔਰ ਮੋਦੀ ਹੋਏਗਾ। ਦਾ ਸਮਿਟ ਆਫ ਰਸ਼ੀਆ ਇੰਡੀਆ ਐਂਡ ਚਾਈਨਾ ਕੈਨ ਬੀ ਹੈਲਡ ਇਨ ਨੀਅਰ ਫਿਊਚਰ ਰਸ਼ੀਅਨ ਪ੍ਰੈਜ਼ੀਡੈਂਸ਼ੀਅਲ ਏਡ ਯੂਰੀ ਯੂਸ਼ਾਕੋਵ ਵਾਸ ਕੋਟਿਡ ਬਾਈ ਰਸ਼ੀਅਨ ਨਿਊਜ਼ ਏਜੰਸੀ ਤਾਸ ਐਸ ਸਿੰਘ, ਉਹਨਾਂ ਦੀ ਨਿਊਜ਼ ਏਜੰਸੀ ਦੀ ਖਬਰ ਹੈ। ਸੋ ਆਫੀਸ਼ੀਅਲ ਖਬਰ ਹੈ, ਆਫੀਸ਼ੀਅਲ ਉਹਨਾਂ ਦਾ ਏਡ ਹੈ ਜਿਹੜਾ ਉਹਨੂੰ ਬ੍ਰੇਕ ਕਰ ਰਿਹਾ ਤਾਸ ਨਿਊਜ਼ ਏਜੰਸੀ ਹੈ। ਔਰ ਇਹ ਉਹਨਾਂ ਨੇ ਨਾਲ ਹੀ ਕਿਹਾ ਕਿ ਜੇ ਪੁਤਿਨ ਦੇ ਭਾਰਤ ਦੌਰੇ ਤੋਂ ਬਾਅਦ ਇਸ ਦੀਆਂ ਜਿਹੜੀਆਂ ਸੰਭਾਵਨਾਵਾਂ ਹੋਈਆਂ। ਔਰ ਦਾ ਟੋਪਿਕ ਆਫ ਕੋਆਪਰੇਸ਼ਨ ਇਨ ਰਸ਼ੀਆ ਇੰਡੀਆ ਚਾਈਨਾ ਫਾਰਮੈਟ ਵਾਜ਼ ਐਡਰੈਸਡ ਕਿ ਵੀ ਇਹਦੇ ਨਾਲ ਇਹ ਹੋਏਗਾ। ਹੁਣ ਇੱਕ ਪਾਸੇ ਜੇ ਸੱਚਮੁੱਚ ਜਿਹੜਾ ਉਹ 56 ਇੰਚ ਦਾ ਸੀਨਾ ਹੋਏ, ਅਣਖ ਗੈਰਤ ਨਾਂ ਦੀ ਚੀਜ਼ ਹੋਏ, ਤਾਂ ਫਿਰ ਇਹੋ ਜਿਹੇ ਤਰਲੇ ਕਰਕੇ ਜਿਹੜਾ ਉਹ ਮੁਲਾਕਾਤ ਨਾ ਲੱਭਣ, ਫਿਰ ਤਾਂ ਕਹਿੰਦੇ ਕਿ ਭਾਈ ਅਸੀਂ ਭਾਰਤ ਮਾਂ ਕੇ ਪੂਤਾਂ। ਔਰ ਇਹ ਅਮਿਤ ਸ਼ਾਹ ਨੇ ਜਦੋਂ ਕਸ਼ਮੀਰ ਦਾ ਇਹਨਾਂ ਨੇ ਆਈਨੀ ਸਟੈਟਸ ਖਤਮ ਕੀਤਾ, ਰਾਜ ਸਭਾ 'ਚ ਛਾਤੀ ਠੋਕ ਕੇ ਕਿਹਾ ਕਿ ਹਮ ਪਾਕਿਸਤਾਨ ਵਾਲਾ ਕਸ਼ਮੀਰ ਵੀ ਲੇਂਗੇ, ਉਹਨੂੰ ਪਾਕਿਸਤਾਨ ਓਕੂਪਾਈਡ ਕਸ਼ਮੀਰ ਕਹਿੰਦੇ ਨੇ, ਹਮ ਅਕਸਾਈ ਚਿੰਨ ਵੀ ਲੇਂਗੇ। ਹੁਣ ਅਕਸਾਈ ਚਿੰਨ ਉਹ ਏਰੀਆ ਜਿਹੜਾ 62 'ਚ ਚੀਨ ਨੇ ਖੋਇਆ ਹੋਇਆ, ਉਹਨਾਂ ਨੇ ਕਿਹਾ ਵੀ ਠੀਕ ਹੈ ਹਾਲਾ ਤੁਹਾਨੂੰ ਨਾਲੇ ਅਕਸਾਈ ਚਿੰਨ ਦਿੰਦੇ ਹਾਂ। ਹੁਣ ਇਹ ਵੀ ਮੰਨਣ ਨੂੰ ਤਿਆਰ ਨਹੀਂ ਕਿ ਸਾਡਾ ਕਿੰਨਾ ਏਰੀਆ ਇਹਨਾਂ ਨੇ ਖੋਹ ਲਿਆ ਚੀਨ ਨੇ, ਰਾਦਰ ਜਿਹੜਾ ਉਹਨੂੰ ਜੱਫੀ ਪਾਉਣ ਨੂੰ ਤਿਆਰ ਹੈ, ਇਹਨੂੰ ਕਹਿੰਦੇ ਨੇ ਬੇਗੈਰਤੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਪਿਓਰ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।